इस वेले दी वड्डी खबर होशियारपुर दे टांडा तो सामने आ रही है, जिथे जाजा बाईपास उत्ते एक भयानक सड़की हादसा वापरिया है। हादसे च दो बसां दी आमणो सामने टक्कर हो गई है, अते जिस तो बाद मिनी बस पलटियां खांदी हुई सड़क ते जा डिगी अते उस दे परखच्चे उठ गए। हादसा उस वेले होया जदों रोडवेज दी बस पठानकोट तो जलंधर वल नूं जा रही सी अते मिनी बस टांडा तो भोगपुर नूं आ रही सी। इस दौरान मिनी बस ड्राइवर दे मुताबक पंजाब रोडवेज का ड्राइवर अगे की बजाए पिछे सवारियों वालू देख रहा है, जिस करके उस कोलों ब्रेक ना वजी अते पंजाब रोडवेज की बस सीधी उन्हां दी मिनी बस नाल जा टकराई। सो एक बार फिर दस दिए कि इस वेले की वड्डी खबर होशियारपुर के टांडा तो आ रही है, जिथे जाजा बाईपास उत्ते भयानक सड़की हादसे च दो बसा की आमो सामने टक्कर होने तो बाद 19 सवारियां गंभीर जख्मी हो गई ने, जिन्हां चो दो की हालत नाजुक दसी जा रही है। जो मैं बस मिनी बस का ड्राइवर हैगा जी, तो मैं अभी अपनी साइड पर आ रहे थे, तो उधरों रोडवेज वाला उन्होंने हॉर्न मारे, लाइटा मारिया, अपनी गाड़ी का बैक गियर ला के कि बैक भी लैके गए, पर वो सामने नहीं देख रहा, पिछे देख रहा है बस के पिछे, तो मुड़ के उन्हें भी लिया सीधी बिच मारी जी, लिया साड़ी गड्डी पलट गई जिदा पर हो गई। हाँ जी, इदा करके फिर दवा ਅਸੀਂ ਟਾਂਡੇ ਤੋਂ ਭੋਗਪੁਰ ਨੂੰ ਆ ਰਹੇ ਸੀਗੇ। ਟੋਟਲ 19 ਮਰੀਜ਼ ਸਾਡੇ ਕੋਲ ਹਸਪਤਾਲ ਆਏ ਨੇ, ਜਿਨ੍ਹਾਂ ਦਾ ਅਸੀਂ ਟ੍ਰੀਟਮੈਂਟ ਵਗੈਰਾ ਸਾਰਾ ਕੁਛ ਅਤੇ ਅੱਗੇ ਟੈਸਟ ਵਗੈਰਾ ਲਿਖੇ। ਟੋਟਲ ਕਿੰਨੇ ਆ ਮੈਮ? ਟੋਟਲ 19 ਆ, 19 ਪੇਸ਼ੈਂਟ। ਕਿਤਨਾ ਦੀ ਕੰਡੀਸ਼ਨ ਹੋ ਰਹੀ? ਮੋਸਟ ਆਫ ਦਾ ਪੇਸ਼ੈਂਟ ਸਟੇਬਲ ਹੀ ਨੇ, ਬਾਕੀ ਦੋ ਕੁ ਪੇਸ਼ੈਂਟ ਦੇ ਥੋੜ੍ਹੇ ਜ਼ਿਆਦਾ ਇੰਜਰੀਜ਼ ਹੈਗੀਆਂ ਆ, ਬਾਕੀ ਉਹ ਟੈਸਟ ਵਗੈਰਾ ਵੀ ਕਰਵਾ ਕੇ ਕੁਛ ਕਹਿ ਸਕਦੇ ਹੈਗੇ। ਕੋਈ ਰੈਫਰ ਵੀ ਕੀਤਾ ਜੀ? ਫਿਲਹਾਲ ਤਾਂ ਹਲੇ ਰੈਫਰ ਕੋਈ ਕੀਤਾ ਨਹੀਂ। ਬਾਈਪਾਸ ਤੋਂ ਜਲੰਧਰ ਸਾਈਡ ਜਾਂਦੀ ਇੱਕ PRTC ਦੀ ਬੱਸ ਹੈ, ਇੱਕ ਅਪੋਜ਼ਿਟ ਸਾਈਡ ਆਊਟ ਸਾਈਡ ਬੱਸ ਆ ਰਹੀ ਸੀ ਅਮਨ ਬੱਸ ਸਰਵਿਸ, ਇਹਨਾਂ ਦੀ ਆਮੋ ਸਾਹਮਣੇ ਟੱਕਰ ਹੋ ਗਈ ਹੈ, ਜਿਹੜੀ ਪ੍ਰਾਈਵੇਟ ਬੱਸ ਆ ਉਹ ਉੱਥੇ ਪਲਟ ਗਈ ਹੈ, ਤਕਰੀਬ 10-12 ਸਵਾਰੀਆਂ ਜਿਹੜੀਆਂ ਇੰਜਰਡ ਹੈ ਉਹਨਾਂ ਨੂੰ ਮੌਕੇ 'ਤੇ ਮੈਂ ਸਾਰੀ ਫੋਰਸ ਲੈ ਕੇ ਪਹੁੰਚਿਆ ਅਤੇ ਇਮੀਡੀਏਟ ਵਹੀਕਲਾਂ ਦਾ ਪ੍ਰਬੰਧ ਕਰਕੇ ਸਰਕਾਰੀ ਗੱਡੀਆਂ 'ਤੇ ਲਿਆ ਕੇ ਹੋਸਪਿਟਲ ਇਹਨਾਂ ਦਾ ਪਹੁੰਚਾਇਆ, ਜਿੱਥੇ ਸਾਰੇ ਅਸੀਂ ਇੱਥੇ ਹੈਗੇ ਹਾਂ ਅਤੇ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਉਹ ਚੱਲ ਲਿਆ। ਸਰ ਕਿੰਨੇ ਕੁ ਲੋਕ ਜ਼ਖਮੀ ਹੋਏ? ਇਹ 10-12 ਹੈਗੇ ਆ, ਡਾਕਟਰ ਟ੍ਰੀਟਮੈਂਟ ਕਰ ਰਹੇ, ਕੁਛ ਨੂੰ ਫਸਟ ਏਡ ਦੇ ਕੇ ਇੱਥੋਂ ਭੇਜ ਦਿੱਤਾ ਗਿਆ ਅਤੇ ਬਾਕੀ ਦਾ ਟ੍ਰੀਟਮੈਂਟ ਚੱਲ ਰਿਹਾ। ਹਕੀਕਤ ਟੀਵੀ ਪੰਜਾਬੀ ਲਈ ਮੁਕੇਰੀਆਂ ਤੋਂ ਪ੍ਰਵੀਨ ਸੋਹਲ ਦੀ ਰਿਪੋਰਟ। ਇੱਕ ਫੋਨ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ। ਗੁਰੂ ਮਾਂ ਸੀਮਾ 9956-32011। ਘਰ ਬੈਠੇ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ। ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਪਰੇਸ਼ਾਨੀ ਜਿਵੇਂ ਪਿਆਰ ਵਿੱਚ ਧੋਖਾ, ਖੋਇਆ ਪਿਆਰ ਵਾਪਸ ਪਾਉਣਾ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਨੌਕਰੀ ਕਾਰੋਬਾਰ 'ਚ ਰੁਕਾਵਟ, ਵਿਦੇਸ਼ ਯਾਤਰਾ, ਵਿਦੇਸ਼ ਵਿੱਚ ਪੱਕਾ ਹੋਣਾ। ਲਾਟਰੀ ਨੰਬਰ ਪਾਓ, 649 ਹੋਵੇ ਜਾਂ ਲੋਟੋ ਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਗੁਰੂ ਮਾਂ ਸੀਮਾ 9956-32011।